ਫਾਜ਼ਿਲਕਾ ਦੇ ਐਸਐਸਪੀ ਹਰਜੀਤ ਸਿੰਘ ਨੇ ਅੱਜ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਾਈਬਰ ਸੁਰੱਖਿਆ ਮੁਹਿੰਮ ਦੇ ਤਹਿਤ ਫਾਜ਼ਿਲਕਾ ਵਾਸੀਆਂ ਨੂੰ ਦਿੱਤੀ ਜਾਣਕਾਰੀ। ਫਾਜ਼ਿਲਕਾ ਦੇ ਐਸਐਸਪੀ ਹਰਜੀਤ ਸਿੰਘ ਵੱਲੋਂ ਅੱਜ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਾਈਬਰ ਸੁਰੱਖਿਆ ਮੁਹਿੰਮ ਦੇ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕੋਰੋਨਾ ਕਾਲ ਦੇ ਦੌਰਾਨ ਸੋਸ਼ਲ ਮੀਡੀਆ ਦੀ ਵਰਤੋਂ ਦੇ ਵਿੱਚ ਇਜਾਫਾ ਹੋਇਆ ਹੈ, ਜਿਸ ਦੇ ਚੱਲਦੇ ਸਾਈਬਰ ਕ੍ਰਾਈਮ ਵੀ ਵਧਿਆ ਹੈ ਅਤੇ ਲੋਕਾਂ ਨੂੰ ਸਾਈਬਰ ਕ੍ਰਾਈਮ ਤੋਂ ਬਚਾਉਣਾ ਪੁਲਿਸ ਦੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਇਸੇ ਤਹਿਤ ਸਾਈਬਰ ਸੁਰੱਖਿਆ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ 20 ਨਵੰਬਰ ਨੂੰ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਤਹਿਤ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਅੱਜ ਫਾਜ਼ਿਲਕਾ ਵਾਸੀਆਂ ਨੂੰ ਸਾਈਬਰ ਕ੍ਰਾਈਮ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਜਾਗਰੂਕ ਵੀ ਕੀਤਾ। ਮੈਂ ਫਾਜ਼ਿਲਕਾ ਪੁਲਿਸ ਵੱਲੋਂ ਅੱਜ ਤੁਹਾਡੇ ਰੂਬਰੂ ਹੋ ਰਿਹਾ ਹੈਗਾ। ਜਿਹੜਾ ਅੱਜ ਦਾ ਟੌਪਿਕ ਅਸੀਂ ਸਿਲੈਕਟ ਕੀਤਾ ਹੈਗਾ ਉਹ ਸਾਈਬਰ ਅਵੇਅਰਨੈਸ ਟੌਪਿਕ ਹੈ, ਸਾਈਬਰ ਅਵੇਅਰਨੈਸ ਜਾਂ ਸਾਈਬਰ ਸੇਫਟੀ। ਔਰ ਪੰਜਾਬ ਪੁਲਿਸ ਦਾ ਜਿਹੜਾ ਇਹ ਜਿਹੜੀ ਮੁਹਿੰਮ ਹੈ ਉਹ ਉਸਦਾ ਨਾਮ ਸਾਈਬਰ ਸੁਰੱਖਿਆ ਦਿੱਤਾ ਹੋਇਆ ਹੈਗਾ। ਔਰ ਇਹਦੇ ਬਾਰੇ ਵਿੱਚ ਮੈਂ ਜ਼ਿਲ੍ਹਾ ਵਾਸੀਆਂ ਨੂੰ ਦੱਸਣਾ ਚਾਹੁੰਦਾ ਸੀਗਾ ਔਰ ਇਸੇ ਕਰਕੇ ਮੈਂ ਇਹ ਸੈਸ਼ਨ ਜਿਹੜਾ ਹੈਗਾ ਉਹ ਰੱਖਿਆ। ਔਰ ਇਹ ਸੈਸ਼ਨ ਰੱਖਣ ਦਾ ਮੁੱਖ ਕਾਰਨ ਇਹ ਵੀ ਹੈਗਾ ਕਿ ਕਿਉਂਕਿ ਆਪਾਂ ਕੋਵਿਡ ਦੇ ਕਾਰਨ ਆਪਾਂ ਘਰਾਂ ਵਿੱਚ ਬੰਦ ਰਹੇ ਹੈਗੇ ਹਾਂ ਕਾਫੀ ਦੇਰ, ਔਰ ਆਪਣੀ ਜ਼ਿੰਦਗੀ ਦੇ ਵਿੱਚ ਸਾਡੇ ਸਾਰਿਆਂ ਦੀ ਲਾਈਫ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਔਰ ਮੋਬਾਈਲਸ ਔਰ ਇੰਟਰਨੈਟ ਦੀ ਜਿਹੜੀ ਵਰਤੋਂ ਹੈਗੀ ਹੈ ਉਹ ਕਾਫੀ ਜ਼ਿਆਦਾ ਹੋਈ ਹੈ। ਔਰ ਇਹ ਵਰਤੋਂ ਹੋਣ ਦੇ ਕਾਰਨ ਆਪਣਾ ਜਿਹੜਾ ਹੈਗਾ ਲੋਕਾਂ ਦੇ ਨਾਲ ਜਿਹੜਾ ਇੰਟਰਫੇਸ ਹੈ ਉਹ ਸੋਸ਼ਲ ਮੀਡੀਆ ਦੇ ਥਰੂ ਜਾਂ ਮੋਬਾਈਲ ਜਾਂ ਇੰਟਰਨੈਟ ਦੇ ਥਰੂ ਵਧਿਆ ਹੈਗਾ, ਕਿਉਂਕਿ ਆਪਾਂ ਇਹ ਸਾਰੀਆਂ ਚੀਜ਼ਾਂ ਦੀ ਵਰਤੋਂ ਬਹੁਤ ਜ਼ਿਆਦਾ ਕਰ ਰਹੇ ਹਾਂ। ਔਰ ਇਸ ਦੇ ਕਾਰਨ ਕਈ ਤਰ੍ਹਾਂ ਦੇ ਕ੍ਰਾਈਮ ਜਿਹੜੇ ਹੈਗੇ ਜਿਹੜੇ ਕਿ ਸੋਸ਼ਲ ਮੀਡੀਆ 'ਤੇ ਜਾਂ ਸਾਈਬਰ ਪਲੈਟਫਾਰਮ 'ਤੇ ਕਈ ਕ੍ਰਾਈਮ ਹੋ ਜਾਂਦੇ ਹੈਗੇ ਆ ਜਾਂ ਕੁਛ ਮਿਸਅੰਡਰਸਟੈਂਡਿੰਗ ਵੀ ਹੋ ਜਾਂਦੀਆਂ ਲੋਕਾਂ ਦੇ ਵਿੱਚ, ਉਹ ਵੀ ਵੱਧ ਰਹੀਆਂ ਹੈਗੀਆਂ। ਔਰ ਇਹ ਜਿਹੜਾ ਪੰਜਾਬ ਪੁਲਿਸ ਦਾ ਸਾਈਬਰ ਸੁਰੱਖਿਆ ਮੁਹਿੰਮ ਹੈਗੀ ਹੈ ਇਹ 20 ਨਵੰਬਰ ਨੂੰ ਚਾਲੂ ਕੀਤੀ ਗਈ ਸੀਗੀ ਡੀ ਜੀ ਪੀ ਸਾਹਿਬ ਸ਼੍ਰੀ ਦਿਨਕਰ ਗੁਪਤਾ ਜੀ ਅਤੇ ਚੀਫ ਸੈਕਟਰੀ ਮੈਡਮ ਸ਼੍ਰੀਮਤੀ ਵਿਨੀ ਮਹਾਜਨ ਜੀ ਵੱਲੋਂ। ਇਸ ਮੁਹਿੰਮ ਦਾ ਮੁੱਖ ਮਕਸਦ ਹੀ ਲੋਕਾਂ ਨੂੰ ਇਹ ਸਾਈਬਰ ਪਲੈਟਫਾਰਮ ਦੇ ਬਾਰੇ ਵਿੱਚ ਜਾਗਰੂਕ ਕਰਵਾਉਣਾ ਹੈ। ਔਰ ਇਸ ਜਾਗਰੂਕਤਾ ਦਾ ਪਰਪਸ ਇਹ ਰਹੇਗਾ ਕਿ ਆਪਾਂ ਆਪਣੇ ਆਪ ਨੂੰ ਜਿਹੜੀ ਸਾਈਬਰ ਫਰੋਡ ਹੈ ਜਾਂ ਸਾਈਬਰ ਡੈਮੇਜ ਜਿਹੜਾ ਆਪਾਂ ਨੂੰ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਉਹਦੇ ਤੋਂ ਆਪਣੇ ਆਪ ਨੂੰ ਆਪਾਂ ਸੁਰੱਖਿਅਤ ਰੱਖ ਸਕੀਏ। ਔਰ ਜਿੰਨੇ ਵੀ ਫਾਜ਼ਿਲਕਾ ਨਿਵਾਸੀ ਹਾਲੇ ਤੱਕ ਇਸ ਨੂੰ ਦੇਖ ਰਹੇ ਹਨ ਲਾਈਵ ਨੂੰ, ਉਹਨਾਂ ਨੂੰ ਮੈਂ ਧੰਨਵਾਦ ਵੀ ਕਰਦਾ ਕਿ ਉਹ ਅੱਜ ਮੇਰੇ ਨਾਲ ਜੁੜੇ ਹਨ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਈਬਰ ਸੁਰੱਖਿਆ ਦੇ ਵਿੱਚ ਆਪਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ। ਔਰ ਉਹਦੇ ਵਿੱਚ ਇੱਕ ਤਾਂ ਆਪਾਂ ਦੇਖਦੇ ਹਾਂ ਕਿ ਬੱਚੇ ਜਿਹੜੇ ਹੈਗੇ ਅੱਜ ਕੱਲ੍ਹ ਗੇਮ ਵੀਡੀਓ ਗੇਮਸ ਔਰ ਫੇਸਬੁੱਕ 'ਤੇ ਜਾਂ ਟਿਕਟੋਕ 'ਤੇ, ਪਹਿਲਾਂ ਹੁੰਦੇ ਸੀ ਟਿਕਟੋਕ, ਸ਼ਾਇਦ ਹੁਣ ਬੰਦ ਹੋ ਗਿਆ, ਪਰ ਉਹ ਤੋਂ ਇਲਾਵਾ ਵੀ ਕਈ ਪਲੈਟਫਾਰਮ ਨੇ ਜਿੱਥੇ ਕਿ ਬੱਚੇ ਜਿਹੜੇ ਨੇ ਅੱਜ ਕੱਲ੍ਹ ਘਰਾਂ ਦੇ ਵਿੱਚ ਈਵਨ ਵੱਡੇ ਵਡੇਰੇ ਵੀ ਬਜ਼ੁਰਗ ਵਿਅਕਤੀ ਵੀ ਜਿਹੜੇ ਕਿ ਸੋਸ਼ਲ ਮੀਡੀਆ 'ਤੇ ਚੀਜ਼ਾਂ ਦੇਖਦੇ ਰਹਿੰਦੇ ਹਨ ਔਰ ਉਸ ਦੇ ਰਾਹੀਂ ਇਨਫੋਰਮੇਸ਼ਨ ਲੈਂਦੇ ਰਹਿੰਦੇ ਹਨ। ਔਰ ਕਈ ਵਾਰੀ ਇਹ ਦੇਖਣ 'ਚ ਆਇਆ ਹੈ ਕਿ ਬੱਚਿਆਂ ਵੱਲੋਂ ਕੁਛ ਗਲਤ ਚੀਜ਼ਾਂ ਵੀ ਦੇਖ ਲਈਆਂ ਜਾਂਦੀਆਂ ਹਨ ਇੰਟਰਨੈਟ 'ਤੇ, ਅਤੇ ਆਪਾਂ ਨੂੰ ਐਜ਼ ਆ ਪੇਰੈਂਟਸ ਇਹਨਾਂ ਚੀਜ਼ਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈਗਾ। ਔਰ ਹਾਲਾਂਕਿ ਬਜ਼ੁਰਗਾਂ ਨੂੰ ਵੀ ਕਈ ਵਾਰੀ ਜਿਹੜੀ ਮੋਬਾਈਲ 'ਤੇ ਇੰਟਰਨੈਟ ਖੋਲ੍ਹਣ ਦੀ ਜਿਹੜੀ ਹੈਗੀ ਪ੍ਰੈਕਟਿਸ, ਜਿਹਨੂੰ ਕਹਿ ਲਈਏ ਜਾਂ ਡੈਕਸਟੈਰਿਟੀ ਕਹਿ ਲਈਏ,
ਉਹ ਨਹੀਂ ਇੰਨੀ ਜ਼ਿਆਦਾ ਹੁੰਦੀ ਤਾਂ ਉਹਨਾਂ ਵੱਲੋਂ ਵੀ ਕਈ ਵਾਰੀ ਗਲਤ ਸਾਈਟ 'ਤੇ ਜਾ ਕੇ ਆਪਣੇ ਜਿਹੜੇ ਬੈਂਕ ਅਕਾਊਂਟ ਦੀ ਡਿਟੇਲ ਦੇ ਦਿੱਤੀ ਜਾਂਦੀ ਹੈ ਜਾਂ ਜਿਹੜਾ ਆਪਣਾ ਏਟੀਐਮ ਕਾਰਡ ਹੈ ਉਹਦਾ ਪਾਸਵਰਡ ਉਹਨਾਂ ਵੱਲੋਂ ਦੇ ਦਿੱਤਾ ਜਾਂਦਾ ਅਤੇ ਉਹਦੇ ਨਾਲ ਜਿਹੜਾ ਹੈਗਾ ਉਹ ਫਰੋਡ ਜਿਹੜਾ ਹੈਗਾ ਉਹਨਾਂ ਨਾਲ ਹੋ ਜਾਂਦਾ ਹੈਗਾ ਅਕਾਊਂਟ ਦੇ ਵਿੱਚੋਂ ਪੈਸੇ ਕੱਢੇ ਜਾਂਦੇ ਹਨ ਜਾਂ ਕਈ ਵਾਰੀ ਕੋਈ ਵਿਅਕਤੀ ਆਪਾਂ ਨੂੰ ਫੋਨ ਕਰਕੇ ਕਹਿੰਦਾ ਹੈਗਾ ਕਿ ਤੁਸੀਂ ਇਸ ਨੰਬਰ 'ਤੇ ਇੱਕ ਮੈਸੇਜ ਕਰ ਦਿਉ ਆਪਣਾ ਕਾਰਡ ਦਾ ਨੰਬਰ ਦੱਸ ਦਿਉ ਅਤੇ ਉਹਦੇ ਨਾਲ ਵੀ ਜਿਹੜਾ ਹੈਗੇ ਆਪਣੇ ਬੈਂਕ ਅਕਾਊਂਟ ਦੇ ਵਿੱਚੋਂ ਦੀ ਫਰੋਡ ਕਮਿਟ ਹੋ ਜਾਂਦਾ ਹੈਗਾ। ਇਸ ਤੋਂ ਇਲਾਵਾ ਆਪਾਂ ਇਹ ਵੀ ਦੇਖਦੇ ਹਾਂ ਕਿ ਕਈ ਵਾਰੀ ਆਪਣੀ ਬੇਟੀ ਦਾ ਜਾਂ ਭੈਣ ਦਾ ਕੋਈ ਫੇਸਬੁੱਕ ਅਕਾਊਂਟ ਹੁੰਦਾ ਹੈ, ਕੋਈ ਉੱਥੋਂ ਫੋਟੋਆਂ ਲਾ ਕੇ ਅਤੇ ਇੱਕ ਫੇਕ ਅਕਾਊਂਟ ਬਣਾ ਲੈਂਦੇ ਹੈਗੇ ਕੁਛ ਜਿਹੜੇ ਮੁਜਰਮ ਨੇ, ਜਿਹੜੇ ਬੈਡ ਐਲੀਮੈਂਟਸ ਹੈਗੇ, ਅਤੇ ਉਹ ਫੇਕ ਅਕਾਊਂਟਸ ਬਣਾ ਕੇ ਅਤੇ ਉਹਦੇ ਵਿੱਚ ਗਲਤ ਤਸਵੀਰਾਂ ਪਾ ਕੇ ਕਿਸੇ ਹੋਰ ਦੇ ਨਾਮ ਨਾਲ, ਕਿਸੇ ਹੋਰ ਲੜਕੀ ਦੇ ਨਾਮ ਨਾਲ ਉਹਨੂੰ ਫੇਸਬੁੱਕ 'ਤੇ ਉਹ ਅਪਲੋਡ ਕਰ ਦਿੰਦੇ ਹੈਗੇ ਆ। ਅਤੇ ਇਹੋ ਜਿਹੀਆਂ ਚੀਜ਼ਾਂ ਵੀ ਕ੍ਰਾਈਮ ਦੇ ਵਿੱਚ ਆਉਂਦੀਆਂ ਹੈਗੀਆਂ ਸਾਡੇ ਕੋਲ, ਕਿਉਂਕਿ ਰੈਗੂਲਰ ਇਹ ਕੰਪਲੇਂਟਸ ਜਿਹੜੀਆਂ ਹੈਗੀਆਂ ਉਹ ਪ੍ਰਾਪਤ ਹੁੰਦੀਆਂ। ਔਰ ਇਸੇ ਕਰਕੇ ਮੈਂ ਸੋਚਿਆ ਕਿ ਕਿਉਂ ਨਾ ਸਾਰਿਆਂ ਨੂੰ ਆਪਣੀ ਜਿਹੜੀ ਪੰਜਾਬ ਪੁਲਿਸ ਦੀ ਮੁਹਿੰਮ ਹੈ ਸਾਈਬਰ ਸੁਰੱਖਿਆ, ਉਹਦੇ ਤਹਿਤ ਆਪ ਸਭ ਨੂੰ ਮੈਂ ਇਹ ਜਾਣਕਾਰੀ ਦੇਵਾਂ ਕਿ ਇਹਨਾਂ ਚੀਜ਼ਾਂ ਤੋਂ ਕਿਵੇਂ ਸੁਚੇਤ ਰਹਿਣਾ ਚਾਹੀਦਾ। ਸਭ ਤੋਂ ਪਹਿਲੇ ਤਾਂ ਬੱਚੇ ਜਦੋਂ ਵੀ ਕੋਈ ਵੀ ਕੰਪਿਊਟਰ 'ਤੇ ਆਪਣੇ ਕੋਈ ਵੀ ਵੈਬਸਾਈਟ ਦੇਖਦੇ ਨੇ ਜਾਂ ਕੋਈ ਵੀ ਮਟੀਰੀਅਲ ਉਹ ਦੇਖਦੇ ਨੇ ਉਹਦੇ ਬਾਰੇ 'ਚ ਪੇਰੈਂਟਸ ਨੂੰ ਸੁਚੇਤ ਰਹਿਣਾ ਚਾਹੀਦਾ। ਆਪਾਂ ਜਿਹੜਾ ਆਪਣੇ ਬਰਾਊਜ਼ਰ ਨੇ, ਇੰਟਰਨੈਟ ਬਰਾਊਜ਼ਰ ਜਿਹੜਾ ਹੁੰਦਾ ਕੰਪਿਊਟਰ 'ਤੇ, ਉਹਦੇ ਵਿੱਚ ਲੌਕਸ ਦੀ ਪ੍ਰੋਵੀਜ਼ਨਿੰਗ ਵੀ ਹੈਗੀ ਹੈ। ਔਰ ਉਹਦੇ ਵਿੱਚ ਆਪਾਂ ਕੁਛ ਅੱਜ ਕੱਲ੍ਹ ਗੌਰਮੈਂਟ ਨੇ ਵੀ ਕਾਫੀ ਵੈਬਸਾਈਟਸ ਜਿਹੜੀਆਂ ਨੇ, ਜਿਹੜੀਆਂ ਕਿ ਫਰੋਡ ਵੈਬਸਾਈਟਸ ਨੇ ਅਤੇ ਗਲਤ ਵੈਬਸਾਈਟਸ ਨੇ, ਉਹ ਗੌਰਮੈਂਟ ਨੇ ਵੀ ਬੈਨ ਕੀਤੀਆਂ ਹੋਈਆਂ ਹਨ। ਉਹ ਆਟੋਮੈਟਿਕਲੀ ਹੀ ਨਹੀਂ ਖੁੱਲਦੀਆਂ, ਪਰ ਫਿਰ ਵੀ ਕਈ ਵਾਰੀ ਇੱਦਾਂ ਹੁੰਦਾ ਹੈਗਾ ਕਿ ਉਹ ਵੈਬਸਾਈਟਸ ਬੱਚੇ ਖੋਲ੍ਹ ਲੈਂਦੇ ਹਨ ਔਰ ਜਦੋਂ ਆਪਾਂ ਉਹਨਾਂ ਦੀ ਨਿਗਰਾਨੀ ਪ੍ਰੋਪਰਲੀ ਨਹੀਂ ਕਰਦੇ ਤਾਂ ਫਿਰ ਆਪਾਂ ਨੂੰ ਉਹਦੇ ਜਿਹੜੇ ਇਲ ਇਫੈਕਟਸ ਨੇ, ਮਾੜੇ ਜਿਹੜੇ ਇਫੈਕਟਸ ਨੇ ਉਹਨਾਂ ਦਾ ਆਪਾਂ ਨੂੰ ਡੀਲ ਕਰਨ ਵਿੱਚ ਪ੍ਰੋਬਲਮ ਆਉਂਦੀ ਹੈਗੀ ਹੈ। ਕਿਉਂਕਿ ਬੱਚੇ ਜਿਹੜੇ ਨੇ ਅੱਜ ਕੱਲ੍ਹ ਆਪਣੇ ਤੋਂ ਜ਼ਿਆਦਾ ਸਮਾਰਟ ਨੇ, ਆਪਾਂ ਭਾਵੇਂ ਉਹ ਘੱਟ ਪੜ੍ਹੇ ਲਿਖੇ ਹੁੰਦੇ ਹਨ ਪਰ ਔਨਲਾਈਨ ਜਿਹੜੀ ਉਹਨਾਂ ਦੀ ਡੈਕਸਟੈਰਿਟੀ ਹੈਗੀ, ਸੋਸ਼ਲ ਮੀਡੀਆ ਨੂੰ ਯੂਜ਼ ਕਰਨ ਦੀ ਉਹਨਾਂ ਦੀ ਜਿਹੜੀ ਫੁਰਤੀ ਹੈ ਜਾਂ ਨੌਲੇਜ ਹੈਗੀ ਹੈ ਉਹ ਆਪਣੇ ਤੋਂ ਕਿਤੇ ਜ਼ਿਆਦਾ ਹੁੰਦੀ ਹੈ। ਔਰ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਜੇ ਆਪਾਂ ਨੂੰ ਆਪਾਂ ਬੱਚਿਆਂ ਨੂੰ ਸਹੀ ਟਾਈਮ 'ਤੇ ਗਾਈਡ ਨਹੀਂ ਕਰਾਂਗੇ ਤਾਂ ਉਹ ਗਲਤ ਰਸਤੇ ਪੈ ਜਾਂਦੇ ਹੈਗੇ। ਸੋ ਸਭ ਤੋਂ ਪਹਿਲੇ ਤਾਂ ਆਪਾਂ ਨੂੰ ਜਿਹੜੇ ਇਹਨਾਂ ਦੀਆਂ ਸੈਟਿੰਗਸ ਹੁੰਦੀਆਂ, ਇੰਟਰਨੈਟ ਬਰਾਊਜ਼ਰ ਦੀਆਂ ਸੈਟਿੰਗਸ ਨੇ, ਉਹ ਜ਼ਰੂਰ ਕਿਸੇ ਤੋਂ ਚੈੱਕ ਕਰਵਾ ਕੇ ਅਤੇ ਉਹਨੂੰ ਠੀਕ ਕਰ ਲੈਣਾ ਚਾਹੀਦਾ ਤਾਂ ਕਿ ਬੱਚੇ ਕਿਸੇ ਵੀ ਗਲਤ ਵੈਬਸਾਈਟ 'ਤੇ ਨਾ ਜਾਣ। ਦੂਸਰਾ ਹੈਗਾ ਕਿ ਜਦੋਂ ਵੀ ਆਪਾਂ ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਆਪਣੇ ਅਕਾਊਂਟਸ ਬਣਾਉਂਦੇ ਹਾਂ ਤਾਂ ਉਹਦੇ ਵਿੱਚ ਵੀ ਪ੍ਰਾਈਵੇਸੀ ਸੈਟਿੰਗਸ ਹੁੰਦੀਆਂ ਹੈ। ਉਹ ਪ੍ਰਾਈਵੇਸੀ ਸੈਟਿੰਗ 'ਤੇ ਸਾਨੂੰ ਉਸ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈਗਾ। ਪ੍ਰਾਈਵੇਸੀ ਸੈਟਿੰਗਸ ਦੇ ਨਾਲ ਇਹ ਇੱਕ ਤਾਂ ਜਿਹੜਾ ਬਹੁਤ ਹੀ ਸਿੰਪਲ ਜਿਹਾ ਅਤੇ ਬਹੁਤ ਹੀ ਇੰਪੋਰਟੈਂਟ ਫਾਇਦਾ ਇਹ ਹੁੰਦਾ ਕਿ ਆਪਣੀਆਂ ਜਿਹੜੀਆਂ ਫੋਟੋਆਂ ਨੇ ਫੇਸਬੁੱਕ 'ਤੇ ਜਾਂ ਇੰਸਟਾਗ੍ਰਾਮ 'ਤੇ ਜਾਂ ਕਿਸੇ ਵੀ ਹੋਰ ਪਲੇਟਫਾਰਮ 'ਤੇ ਜਿਹੜਾ ਕਿ ਫਰੈਂਡਸ ਗਰੁੱਪਸ ਸ਼ੇਅਰਿੰਗ ਕਰਨ ਵਾਲੇ ਪਲੇਟਫਾਰਮਸ ਨੇ, ਉਹ ਆਪਣੀਆਂ ਸਿਰਫ ਆਪਣੇ ਫਰੈਂਡਸ ਹੀ ਦੇਖ ਸਕਦੇ ਹੈ, ਕੋਈ ਅਨਨੋਨ ਵਿਅਕਤੀ ਆਪਣੀਆਂ ਫੋਟੋਆਂ ਨਹੀਂ ਦੇਖ ਸਕਦਾ। ਸੋ ਉਹ ਜਿਹੜੀ ਸੈਟਿੰਗ ਹੈ, ਪ੍ਰਾਈਵੇਸੀ ਸੈਟਿੰਗਸ ਜਿਹੜੀਆਂ ਹੁੰਦੀਆਂ ਹੈਗੀਆਂ ਫੇਸਬੁੱਕ 'ਤੇ ਜਾਂ ਇੰਸਟਾਗ੍ਰਾਮ 'ਤੇ, ਉਹਨਾਂ ਦਾ ਇਸਤੇਮਾਲ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈਗਾ ਔਰ ਇਹਦੇ ਬਾਰੇ ਵਿੱਚ ਆਪਾਂ ਨੂੰ ਸੁਚੇਤ ਵੀ ਰਹਿਣਾ ਚਾਹੀਦਾ ਹੈਗਾ। ਔਰ ਅਮੂਮਨ ਦੇਖਣ 'ਚ ਆਉਂਦਾ ਹੈਗਾ ਕਿ ਕਈ ਬਜ਼ੁਰਗ ਵਿਅਕਤੀਆਂ ਦੇ
फेसबुक अकाउंट्स बने हुए हैगे कई मतलब घट पढ़े लिखे यंगस्टर्स ने उन्होंने फेसबुक अकाउंट्स बने होंगे हैगे ते उन्हां दियां डेली एक्टिविटीज़ वो अपनियां फेसबुक अकाउंट्स ते अपलोड करते रहिंदे हैगे। जिवें कि जेकर अपना कोई फैमिली दे विच कोई बर्थडे हैगा तां वो आपां सैलीब्रेट करदे हां आपां फेसबुक ते पा दिंदे हां, तां उहदे नाल की हुंदा हैगा कि अपने फ्रेंड्स दे बारे विच अपनियां एक्टिविटीज़ दे बारे विच किसी भी अननोन व्यक्ति नूं पता चलता रहिंदा हैगा, और जिहड़ी साडी परसनल इन्फॉर्मेशन हैगी है वह किसी अननोन व्यक्ति कोल जांदी रहिंदी हैगी। ये प्राइवेसी सैटिंग्स ना होण करके ही अपने कोल कई इदां दियां कंप्लेंट्स आंदियां है जिहदे विच कि कोई व्यक्ति किसी नौजवान कुड़ी दियां फोटूआं उतार के ते उहदे तों इक फेक अकाउंट बना के वह फोटूआं उत्थे यूज़ करता रहिंदा हैगा ते उहदे उत्ते गलत इन्फॉर्मेशन जिहड़ी हैगी वह पाउंदा रहिंदा है, ते उहदे नाल फिर यह क्राइम दा मैटर बन जाता। और जिहड़े व्यक्ति दा असली च फेसबुक अकाउंट हुंदा उहनूं काफ़ी हरासमेंट दा भी सामना करना पैंदा, पर भावें पुलिस जिहड़ी हैगी उस व्यक्ति नूं लभण च कामयाब हो जाती है, पर फिर भी उहदे विच महीना 1.5 महीने का टाइम लग जाता है, और ये कारण जिहड़ा अपना सोशल रैपूटेशन का नुकसान हैगा वह भी आपां नूं झेलना पैंदा है। लास्ट जिहड़ा मैं तुहानूं दस्सिया सी कि प्राइवेसी सैटिंग्स, तो उहदे बारे विच बच्चों नूं जरूर जाणू कराओ। मैं तुहानूं सारयां नूं इह मतलब पेरेंट्स नूं इह कहना चाहुंदा कि बच्चों नूं ते अपनियां जिहड़े तुहाडे फेसबुक अकाउंट्स है उहनां दियां प्राइवेसी सैटिंग्स वी जरूर देखो। इस तो इलावा जनरल ये आता हैगा कि अपने पासवर्ड जिहड़े हैगे वो हैक हो जाते हैं, पासवर्ड हैक हो जाते हैं, पासवर्ड ये हैक करन वास्ते कई बारी तां आपां नूं जिहड़ा हैगा कोई सॉफ्टवेयर यूज़ करना पैंदा है जां कोई बहुत ही चलाक IT प्रोफेशनल दी जरूरत पैंदी है किसी का पासवर्ड हैक करन वास्ते। बट नॉर्मल देखण च विच ये भी आया है कि लोगों के जिहड़े पासवर्ड हैगे वो बड़े ही सिंपल पासवर्ड हुंदे है जिहदे कारण कि उहनूं गैस करना जिहड़ा हैगा वो सौखा हो जाता है क्रिमिनल व्यक्ति दे वास्ते। सो अपने पासवर्ड जिहड़े है आपां नूं स्ट्रोंग पासवर्ड रखने चाहिए आ, मतलब सौखे पासवर्ड नहीं रखने चाहिए जिहदे नाल कि अपने जिहड़े ये फेसबुक या इंस्टाग्राम अकाउंट्स ने जां ट्विटर दे भी अकाउंट्स जिहड़े हैगे वो कोई होर व्यक्ति ना यूज़ कर सके। इस करके पासवर्ड नूं आपां जिन्ना ज़्यादा हैगा वो आपां जिहड़ा हैगा स्ट्रोंग पासवर्ड रखांगे या जिन्ना डिफिकल्ट पासवर्ड रखांगे वो अपने फायदे दे विच जांदा हैगा। अच्छा, एक होर चीज़ है कि आपां अक्सर आपां नूं जदों भी आपां इंटरनेट ते जाने आ, ईवन मोबाइल ते भी जदों आपां चीज़ां नूं देखदे हैगे आ, ते आपां नूं इहो जिहियां वैबसाइट खुल जांदियां जिहड़ियां कि आपां नहीं खोलियां होंदियां वो ऑटोमेटिकली खुल जांदियां। सो इहो जिहियां वैबसाइट से कुछ ना कुछ आपां नूं डाउनलोड करन वास्ते ऑटोमेटिक मैसेज आ जाता है, सो उहनूं आपां नूं अवॉयड करना चाहिए हैगा, बिकॉज कोई भी अनवांटड चीज़ जदों आपां डाउनलोड करते हाँ तां उस डाउनलोड के कारण की हुंदा हैगा कई बार कोई वायरस अपने मोबाइल दे विच जां कंप्यूटर दे विच उस डाउनलोड की हुई चीज़ के नाल आ जाता है। फॉर एग्जाम्पल के आपां जदों भी कोई शॉपिंग साइट पर जाने हाँ, शॉपिंग साइट्स हो गई जिमें अपना ये हैगा मिंत्रा होगी, और ये तो इलावा एक शॉपिंग साइट में फ्लिपकार्ट होगी जो कि बहुत ज़्यादा यूज़ होंगी हैगी। आप जड़ी शॉपिंग जड़ी हैगी कोविड के दौरान लोगों ने ऑनलाइन शॉपिंग जड़ी है बहुत ज़्यादा की हैगी, और इन्हां शॉपिंग साइट्स का जिहड़ा यूज़ है लोगों के बहुत ज़्यादा हो गया। सो जदों भी आपां इन्हां शॉपिंग साइट्स ते जाने हां तां उत्थे एडवरटाइजमेंट के तौर पर होर भी कई साइट्स दियां एडवरटाइजमेंट्स हुंदियां हैगियां, उन्हां ते जे अपना गलती नाल भी हथ क्लिक हो जाता हैगा
ਉਹਦੇ ਕਾਰਨ ਕੀ ਹੁੰਦਾ ਹੈਗਾ ਕਿ ਉਹ ਕਲਿੱਕ ਹੋਣ ਦੇ ਕਾਰਨ ਕੋਈ ਚੀਜ਼ ਡਾਊਨਲੋਡ ਆਟੋਮੈਟਿਕਲੀ ਵੀ ਹੋ ਜਾਂਦੀ ਹੈ, ਔਰ ਕਈ ਵਾਰੀ ਜਿਹੜਾ ਹੈਗਾ ਕੰਪਿਊਟਰ ਜਾਂ ਮੋਬਾਈਲ ਦਾ ਜਿਹੜਾ ਨੈਟਵਰਕ ਮੋਬਾਈਲ ਦਾ ਜਿਹੜਾ ਸੌਫਟਵੇਅਰ ਹੈ ਉਹ ਆਪਣੇ ਤੋਂ ਪੁੱਛਦਾ ਹੈਗਾ ਉਹ ਕਿ ਇਹ ਜਿਹੜਾ ਸੌਫਟਵੇਅਰ ਆ ਤੁਸੀਂ ਫਰਦਰ ਡਾਊਨਲੋਡ ਕਰਨਾ ਜਾਂ ਨਹੀਂ ਕਰਨਾ। ਕਈ ਵਾਰੀ ਬਿਨਾਂ ਪੁੱਛੇ ਵੀ ਉਹ ਜਿਹੜਾ ਹੈਗਾ ਡਾਊਨਲੋਡ ਹੋ ਜਾਂਦਾ ਹੈਗਾ। ਸੋ ਇਹੋ ਜਿਹੀ ਅਨਵਾਂਟਡ ਡਾਊਨਲੋਡਸ ਜਿਹੜੇ ਹੈਗੇ ਉਹਨਾਂ ਤੋਂ ਆਪਾਂ ਨੂੰ ਕੇਅਰਫੁੱਲ ਰਹਿਣਾ ਚਾਹੀਦਾ ਹੈਗਾ, ਔਰ ਜੇ ਕੋਈ ਇਹੋ ਜਿਹੀ ਚੀਜ਼ ਡਾਊਨਲੋਡ ਹੋ ਵੀ ਜਾਂਦੀ ਹੈ ਤਾਂ ਉਹਨੂੰ ਆਪਾਂ ਨੂੰ ਡਿਲੀਟ ਕਰ ਦੇਣਾ ਚਾਹੀਦਾ। ਇਹੋ ਜਿਹੀ ਕੋਈ ਵੀ ਅਨਵਾਂਟਡ ਡਾਊਨਲੋਡ ਜਿਹੜੀ ਆਪਣੇ ਮੋਬਾਈਲ 'ਤੇ ਹੋ ਜਾਂਦੀ ਹੈ ਉਹਨੂੰ ਚੈੱਕ ਕਰਾ ਕੇ ਆਪਾਂ ਨੂੰ ਡਿਲੀਟ ਕਰ ਦੇਣਾ ਚਾਹੀਦਾ। ਜਿਹੜੇ ਤਾਂ ਬਜ਼ੁਰਗ ਵਿਅਕਤੀ ਨੇ ਜਾਂ ਕੁਛ ਇਹੋ ਜਿਹੇ ਵਿਅਕਤੀ ਨੇ ਜਿਨ੍ਹਾਂ ਦੀ ਕੰਪਿਊਟਰ ਜਾਂ ਮੋਬਾਈਲ ਦੇ ਵਿੱਚ ਮਾਸਟਰੀ ਨਹੀਂ ਹੈ, ਉਹਨਾਂ ਨੂੰ ਆਪਣੇ ਜਿਹੜੇ ਯੰਗ ਬੱਚੇ ਜਾਂ ਆਪਣਾ ਕੋਈ ਉਹਨਾਂ ਦਾ ਕੋਈ ਫਰੈਂਡ ਹੈਗਾ ਜਿਹਨੂੰ ਮੋਬਾਈਲ ਨੈਟਵਰਕ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਹੈ ਉਹਨੂੰ ਆਪਣਾ ਮੋਬਾਈਲ ਦਿਖਾ ਕੇ ਇਹੋ ਜਿਹੀਆਂ ਅਨਵਾਂਟਡ ਚੀਜ਼ਾਂ ਡਿਲੀਟ ਕਰ ਦੇਣੀਆਂ ਚਾਹੀਦੀਆਂ। ਕਿਉਂਕਿ ਅਕਸਰ ਦੇਖਣ ਜਾਂਦਾ ਕਿ ਇਹੋ ਜਿਹੇ ਪ੍ਰੋਗਰਾਮ ਜਿਹੜੇ ਆਪਾਂ ਡਾਊਨਲੋਡ ਕਰ ਲੈਂਦੇ ਹਾਂ ਜਿਹੜੇ ਉਹ ਵੀ ਸਾਡੇ ਮੋਬਾਈਲ ਦੀ ਇਨਫੋਰਮੇਸ਼ਨ ਸਾਰੀ ਜਿਹੜੀ ਹੈਗੀ ਹੈ ਉਹ ਚੋਰਾਂ ਨੂੰ ਜਾਂ ਜਿਹੜੇ ਆਪਣੇ ਸਾਈਬਰ ਹੈਕਰਸ ਹੈਗੇ ਉਹਨਾਂ ਨੂੰ ਉਹ ਇਨਫੋਰਮੇਸ਼ਨ ਪਹੁੰਚਾ ਦਿੰਦੇ ਹੈ ਇਹੋ ਜਿਹੇ ਪ੍ਰੋਗਰਾਮ। ਸੰਦੀਪ ਚੌਧਰੀ ਜੀ ਦਾ ਕਮੈਂਟ ਹੈਗਾ, ਉਹ ਟੂ ਟਾਈਪ ਵੈਰੀਫਿਕੇਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੈਗੇ। ਸੋ ਉਹ ਮੈਂ ਉਹਨਾਂ ਨੂੰ ਕਹੂੰਗਾ ਕਿ ਜਿਹੜਾ ਇਹਨਾਂ ਨੇ ਇਹ ਕਮੈਂਟ ਪਾਇਆ ਹੈਗਾ ਉਹਦੇ ਵਿੱਚ ਹੀ ਉਹਦੀ ਲੜੀ ਦੇ ਵਿੱਚ ਇਹ ਟੂ ਟਾਈਪ ਵੈਰੀਫਿਕੇਸ਼ਨ ਦੇ ਬਾਰੇ ਵਿੱਚ ਥੋੜ੍ਹਾ ਜਿਹਾ ਐਕਸਪਲੇਨ ਕਰ ਦੇਣ। ਤੋ ਜਿੱਥੋਂ ਤੱਕ ਮੈਨੂੰ ਸਮਝ ਆ ਰਿਹਾ ਹੈਗਾ ਕਿ ਇਹ ਜਿੱਦਾਂ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਦੇ ਜਿਹੜੇ ਅਕਾਊਂਟਸ ਨੇ ਅੱਜ ਕੱਲ੍ਹ ਇਹਨਾਂ 'ਚ ਵੈਰੀਫਿਕੇਸ਼ਨ ਵਾਸਤੇ ਮੈਸੇਜਸ ਆ ਜਾਂਦੇ ਆ ਜਦੋਂ ਵੀ ਆਪਾਂ ਕਿਸੇ ਹੋਰ ਕੰਪਿਊਟਰ ਤੋਂ ਲੌਗਇਨ ਕਰਦੇ ਹੈਗੇ ਹਾਂ ਤਾਂ ਵੀ ਉਹ ਕੰਪਿਊਟਰ ਇਹ ਜਿਹੜੇ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਦੇ ਹੈਗੇ ਉਹ ਆਪਾਂ ਨੂੰ ਮੈਸੇਜ ਦਿੰਦੇ ਆ ਕਿ ਤੁਸੀਂ ਇੱਕ ਨਵੇਂ ਕੰਪਿਊਟਰ ਤੋਂ ਲੌਗਇਨ ਕਰ ਰਹੇ ਹੋ ਅਤੇ ਇਹ ਲੌਗਇਨ ਉਸਨੂੰ ਅਲਾਓ ਤੁਹਾਡੀ ਨੌਲੇਜ 'ਚ ਹੈ ਕਿ ਨਹੀਂ ਹੈਗਾ। ਦੂਸਰਾ ਇੱਕ ਇਹ ਜਿਹੜੇ ਅਕਾਊਂਟਸ ਹੁੰਦੇ ਆ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਇੰਟਰਲਿੰਕ ਵੀ ਹੋ ਜਾਂਦੇ ਹੈਗੇ। ਜਿਹੜਾ ਤੁਹਾਡਾ ਇੰਸਟਾਗ੍ਰਾਮ ਅਕਾਊਂਟ ਹੈਗਾ ਉਹਨੂੰ ਪਤਾ ਹੁੰਦਾ ਕਿ ਤੁਹਾਡਾ ਫੇਸਬੁੱਕ ਅਕਾਊਂਟ ਕਿਹੜੇ ਨਾਮ ਨਾਲ ਚੱਲ ਰਿਹਾ, ਭਾਵੇਂ ਤੁਸੀਂ ਉਹ ਸੇਮ ਮੋਬਾਈਲ 'ਚ ਬਣਾਓ ਭਾਵੇਂ ਉਹ ਅਲੱਗ ਅਲੱਗ ਮੋਬਾਈਲ 'ਚ ਓਪਰੇਟ ਕਰੋ, ਭਾਵੇਂ ਤੁਹਾਡਾ ਫੇਸਬੁੱਕ ਅਕਾਊਂਟ ਇੱਕ ਕੰਪਿਊਟਰ 'ਚ ਚੱਲ ਰਿਹਾ ਅਤੇ ਮੋਬਾਈਲ 'ਤੇ ਨਹੀਂ ਚੱਲ ਰਿਹਾ ਪਰ ਮੋਬਾਈਲ 'ਤੇ ਇੰਸਟਾਗ੍ਰਾਮ ਅਕਾਊਂਟ ਚੱਲ ਰਿਹਾ, ਤਾਂ ਉਹ ਦੋਨਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਕੰਪਨੀਜ਼ ਜਿਹੜੀਆਂ ਹੈਗੀਆਂ ਇੰਸਟਾਗ੍ਰਾਮ ਅਤੇ ਉਹ ਜਿਹੜਾ ਫੇਸਬੁੱਕ ਹੈਗਾ ਉਹਨਾਂ ਨੂੰ ਇਹ ਪਤਾ ਚੱਲ ਜਾਂਦਾ ਹੈਗਾ ਕਿ ਜੇ ਹਰਜੀਤ ਸਿੰਘ ਕਿਸੇ ਕਿਹੜੇ ਅਕਾਊਂਟ ਤੋਂ ਫੇਸਬੁੱਕ 'ਤੇ ਹੈ ਅਤੇ ਕਿਹੜੇ ਅਕਾਊਂਟ 'ਤੇ ਇੰਸਟਾਗ੍ਰਾਮ 'ਤੇ ਆ, ਭਾਵੇਂ ਦੋਨੋਂ ਅਕਾਊਂਟਸ ਦਾ ਨਾਮ ਅਲੱਗ ਅਲੱਗ ਹੋਵੇ ਤਾਂ ਵੀ ਇਹ ਕੰਪਨੀਜ਼ ਨੂੰ ਪਤਾ ਚੱਲ ਜਾਂਦਾ। ਔਰ ਇਹ ਵੇਰੀਫਿਕੇਸ਼ਨ ਵਾਸਤੇ ਜਨਰਲੀ ਜਦੋਂ ਵੀ ਆਪਾਂ ਅਲੱਗ ਕੰਪਿਊਟਰ 'ਤੇ ਲੌਗਇਨ ਕਰਦੇ ਹੈਗੇ ਹਾਂ ਨਵੇਂ ਕੰਪਿਊਟਰ ਤੋਂ ਲੌਗਇਨ ਕਰਦੇ ਹਾਂ ਤਾਂ ਇੱਕ OTP ਸ਼ੇਅਰ ਹੁੰਦਾ ਹੈਗਾ ਆਪਣੇ ਫੋਨ ਨੰਬਰ 'ਤੇ। ਇਹ ਫੋਨ ਨੰਬਰ ਜਦੋਂ ਆਪਾਂ ਫੇਸਬੁੱਕ ਇੰਸਟਾਗ੍ਰਾਮ ਅਕਾਊਂਟਸ ਦੇ ਵਿੱਚ ਦੇ ਦਿੰਦੇ ਹਾਂ ਤਾਂ ਉਹ ਫੋਨ ਨੰਬਰ ਦੇ ਥਰੂ ਜਿਹੜੀਆਂ ਹੈਗੀਆਂ ਦੋਵੇਂ ਕੰਪਨੀਆਂ ਚੈੱਕ ਕਰ ਲੈਂਦੀਆਂ ਹੈਗੀਆਂ ਕਿ ਇਹ ਇੱਕੋ ਹੀ ਵਿਅਕਤੀ ਦਾ ਅਕਾਊਂਟ ਹੈਗਾ। ਔਰ ਨਵੇਂ ਕੰਪਿਊਟਰ ਤੋਂ ਜਦੋਂ ਆਪਾਂ ਲੌਗਇਨ ਹੁੰਦੇ ਹਾਂ ਤਾਂ ਉਸ OTP ਜਿਹੜਾ ਉਹ ਹਾਰਡਲੀ 5 ਸਕਿੰਟ ਦੇ ਵਿੱਚ ਕੰਪਨੀ ਜਿਹੜੀ ਹੈ OTP ਤੁਹਾਡੇ ਮੋਬਾਈਲ 'ਤੇ ਭੇਜ ਦਿੰਦੀ ਹੈ। ਜਦੋਂ ਆਪਾਂ ਆਪਣਾ ਮੋਬਾਈਲ ਨੰਬਰ ਉਹਦੇ ਨਾਲ ਸ਼ੇਅਰ ਕਰਦੇ ਹਾਂ ਤਾਂ ਉਸ OTP ਦੇ ਥਰੂ ਫਿਰ ਆਪਣਾ ਲੌਗਇਨ ਜਿਹੜਾ ਹੈਗਾ ਉਹ ਕੰਪਨੀ ਅਲਾਓ ਕਰਦੀ ਹੈਗੀ ਹੈ। ਇਹ ਥੈਂਕ ਯੂ ਵੈਰੀ ਮੱਚ, ਥੈਂਕ ਯੂ ਐਵਰੀਬਡੀ, ਥੈਂਕਸ ਫੋਰ ਜੁਆਇਨਿੰਗ।